ਆਸਟ੍ਰੇਲੀਆ 'ਚ ਸਿੱਖ ਡਾਕਟਰ ਡਿਊਟੀ ਦੌਰਾਨ ਸੁਰੱਖਿਆ ਲਈ ਤੈਅ ਕੀਤੇ ਮਾਸਕ ਆਪਣੀ ਦਾੜੀ ਦੀ ਵਜ੍ਹਾ ਨਾਲ ਮੂੰਹ ਤੇ ਫਿੱਟ ਨਾ ਆਉਣ ਤੋਂ ਪਰੇਸ਼ਾਨ ਹਨ। ਉਹਨਾਂ ਦੇ ਸਾਹਮਣੇ ਦੋ ਰਾਹ ਹਨ, ਜਾਂ ਤਾਂ ਉਹ ਆਪਣੇ ਪੂਰੇ ਸਿੱਖੀ ਸਰੂਪ ਵਿੱਚ ਰਹਿਣ ਜਾਂ ਫਿਰ ਕੋਵਿਡ ਐਮਰਜੈਂਸੀ ਵਾਰਡ ਵਿੱਚ ਡਿਊਟੀ ਲਈ ਆਪਣੇ ਸਿੱਖੀ ਸਰੂਪ ਨਾਲ ਸਮਝੌਤਾ ਕਰਨ, ਕਿਉਂਕਿ ਦਾੜੀ ਦੀ ਵਜ੍ਹਾ ਨਾਲ ਉਹ N95 ਮਾਸਕ ਨਹੀਂ ਪਹਿਨ ਸਕਦੇ। ਇਹ ਸਮੱਸਿਆ ਵਿਸ਼ਵ ਵਿਆਪੀ ਹੈ। ਆਸਟ੍ਰੇਲੀਆ ਦੇ ਸਿੱਖ ਡਾਕਟਰਾਂ ਨੇ ਇਸ ਮਸਲੇ ਤੇ ਸਰਕਾਰ ਦਾ ਬੂਹਾ ਖੜਕਾਇਆ ਹੈ। ਸਿੱਖ ਡਾਕਟਰਸ ਦੇ ਇੱਕ ਵਫਦ ਨੇ ਫੈਡਰਲ ਅਤੇ ਨਿਊ ਸਾਊਥ ਵੇਲਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਵਰਡ ਏਅਰ ਪਿਊਰੀਫਾਇੰਗ ਰੈਸੀਪੀਏਟਰ ਮੁਹੱਈਆ ਕਰਵਾਉਣ ਤਾਂ ਜੋ ਦਾੜੀ ਵਾਲਾ ਮੈਡੀਕਲ ਸਟਾਫ ਐਮਰਜੈਂਸੀ ਵਾਰਡ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਡਾਕਟਰਸ ਨਾਲ ਵੀ ਜੁੜਿਆ ਹੈ ਜੋ ਆਪਣੀ ਦਾੜੀ ਸ਼ੇਵ ਨਹੀਂ ਕਰਦੇ ਹਨ। ਆਸਟ੍ਰੇਲੀਆ 'ਚ ਟਰਬੰਡ ਸਿੱਖ ਡਾਕਟਰ ਨਾਮੀ ਵਟਸਐਪ ਗਰੁੱਪ ਹੈਲਥ ਕੇਅਰ ਵਰਕਰਸ ਵੱਲੋਂ ਬਣਾਇਆ ਗਿਆ ਹੈ, ਸੋ ਇਸ ਵੇਲੇ ਬਣੇ ਹਾਲਾਤਾਂ ਨਾਲ ਨਜਿੱਠਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ। ਅਸਲ 'ਚ ਅੱਗੇ ਵਧਣ ਤੋਂ ਪਹਿਲਾਂ ਕੁਝ ਨੁਕਤਿਆਂ ਤੇ ਨਜ਼ਰ ਮਾਰ ਲਈਏ ਤਾਂ ਮਸਲਾ ਇਹ ਹੈ ਕਿ ਦਾੜੀ ਵਾਲੇ ਹੈਲਥ ਕੇਅਰ ਵਰਕਰ N95 ਜਾਂ P2 ਮਾਸਕ ਨਾਲ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਸਿੱਖ ਯੂਥ ਆਸਟ੍ਰੇਲੀਆ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਦਾੜੀ ਵਾਲੇ ਹੈਲਥ ਕੇਅਰ ਵਰਕਰ ਜਿਨ੍ਹਾਂ 'ਚ ਬਹੁਤੇ ਸਿੱਖ ਹਨ, ਉਹਨਾਂ ਨੂੰ PAPR ਮੁਹੱਈਆ ਕਰਵਾਇਆ ਜਾਵੇ। ਸਿੱਖ ਯੂਥ ਆਸਟ੍ਰੇਲੀਆ ਦੇ ਪ੍ਰਧਾਨ ਸਤਵੰਤ ਕੈਲਾਇਸ ਵੱਲੋਂ ਇਹਨਾਂ ਹਾਲਾਤਾਂ ਤੋਂ ਪਰੇਸ਼ਾਨ ਕੁਝ ਸਿੱਖ ਡਾਕਟਰ ਨਾਲ ਰਾਬਤਾ ਬਣਾਇਆ ਗਿਆ ਜੋ ਮੌਜੂਦਾ ਵੇਲੇ ਆ ਰਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਵਟਸਐਪ ਗਰੁੱਪ ਦਾ ਸੰਸਥਾਪਕ ਸਿਡਨੀ 'ਚ ਰਹਿਣ ਵਾਲਾ ਡਾਕਟਰ ਗੁਰਦਿਆਲ ਸਿੰਘ ਅਤੇ ਡਾਕਟਰ ਅਮਰਪਾਲ ਸਲੂਜਾ ਹਨ। ਉਹਨਾਂ ਨੇ ਪਹਿਲਾਂ ਇਹ ਮਹਿਸੂਸ ਕੀਤਾ ਕਿ N95 ਮਾਸਕ ਜੋ ਕਿ ਆਮ ਤੌਰ ਤੇ ਹੈਲਥ ਕੇਅਰ ਵਰਕਰ ਵਰਤ ਰਹੇ ਹਨ, ਉਹ ਦਾੜੀ ਦੇ ਚਾਰ ਛਪੇਰੇ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦਾ, ਸੋ ਉਹਨਾਂ ਨੇ ਇਹ ਮਾਮਲਾ ਸਿੱਖ ਯੂਥ ਆਸਟ੍ਰੇਲੀਆ ਦੇ ਧਿਆਨ 'ਚ ਲਿਆਂਦਾ, ਜਿਸ ਤੋਂ ਬਾਅਦ ਉਹਨਾਂ ਨੇ ਮਾਮਲਾ ਫੈਡਰਲ ਅਤੇ ਨਿਊ ਸਾਊਥ ਵੇਲਜ਼ ਸਰਕਾਰ ਸਾਹਮਣੇ ਚੁੱਕਿਆ ਹੈ। ਡਾਕਟਰ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਇਹ ਸਮੱਸਿਆ ਦਾ ਹੱਲ ਸਪੈਸ਼ਲਾਈਜ਼ਡ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ, ਜਿਸ ਨੂੰ PAPR ਵੀ ਕਹਿੰਦੇ ਹਨ, ਜਿਸ ਤਹਿਤ ਪੂਰਾ ਸਰੀਰ ਇੱਕ ਟ੍ਰਾਂਸਪੇਰੈਂਟ ਹੈਲਮਟ ਸਮੇਤ ਏਅਰ ਟਿਊਬ ਨਾਲ ਲੈਸ ਹੁੰਦਾ ਹੈ। ਪੂਰਾ ਸਰੀਰ ਮੂੰਹ ਤੇ ਨੱਕ ਸਮੇਤ ਮਾਸਕ ਨਾਲ ਟੱਕਿਆ ਜਾਂਦਾ ਹੈ। PAPR ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਵਿੱਚ ਸਾਹ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਡੈਂਟਲ ਸਰਜਨ ਇਸ ਮਹਾਮਾਰੀ ਦੌਰਾਨ ਇਹ ਵਰਤ ਰਹੇ ਹਨ। ਡਾਕਟਰ ਅਮਨਦੀਪ ਸਿੰਘ ਬੰਬਰਾ ਰੀਜਨਲ ਨਿਊ ਸਾਊਥ ਵੇਲਜ਼ 'ਚ ਤੈਨਾਤ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ੁਕਰਗੁਜ਼ਾਰ ਹਨ ਕਿ ਹਸਪਤਾਲ ਮੈਨੇਜਮੈਂਟ ਨੇ ਉਹਨਾਂ ਨੂੰ ਇੱਕ ਕਿੱਟ ਮੁਹੱਈਆ ਕਰਵਾਈ ਹੈ। ਇਹ ਦਾੜੀ ਸਮੇਤ ਪਾਈ ਜਾ ਸਕਦੀ ਹੈ ਅਤੇ ਅਤ ਸੁਰੱਖਿਅਤ ਹੈ। ਇਹ ਮੈਡੀਕਲ ਸਟਾਫ ਲਈ ਸੁਰੱਖਿਅਤ ਹੈ, ਪਰ ਇਹ ਕਾਫੀ ਮਹਿੰਗੀ ਹੈ। ਕਰੀਬ $4,000 ਤੱਕ ਇਸ ਦੀ ਕੀਮਤ ਹੈ। ਇਸ ਦੀ ਪ੍ਰੋਡਕਸ਼ਨ ਘੱਟ ਹੋਣ ਕਰਕੇ ਸਪਲਾਈ ਘੱਟ ਹੈ। ਡਾਕਟਰ ਪਵਿੱਤਰ ਸੂਨਰ ਦਾ ਕਹਿਣਾ ਹੈ ਕਿ ਇਹ ਬੜੀ ਕਠਿਨ ਸਥਿਤੀ ਹੈ। ਧਾਰਮਿਕ ਵਜ੍ਹਾ ਕਰਕੇ ਸਿੱਖ ਆਪਣੀ ਦਾੜੀ ਸ਼ੇਵ ਨਹੀਂ ਕਰ ਸਕਦੇ। ਉਹਨਾਂ ਨੂੰ ਇਸ ਵਜ੍ਹਾ ਨਾਲ ਐਮਰਜੈਂਸੀ ਸੇਵਾਵਾਂ ਤੋਂ ਹਟਾਇਆ ਜਾ ਰਿਹਾ ਹੈ। ਜ਼ਿਕਰੇ ਖਾਸ ਹੈ ਕਿ ਇਸ ਸਮੱਸਿਆ ਨਾਲ ਸਾਰੇ ਮੁਲਕ ਵਿੱਚ ਸਿੱਖ ਡਾਕਟਰ ਜੂਝ ਰਹੇ ਹਨ। ਹਾਲੇ ਇਸ ਤੋਂ ਪਹਿਲਾਂ ਕੈਨੇਡਾ 'ਚ ਦੋ ਸੱਕੇ ਡਾਕਟਰ ਭਰਾਵਾਂ ਨੇ ਆਪਣੀ ਦਾੜੀ ਸ਼ੇਵ ਕਰਾ ਲਈ ਸੀ, ਕਿਉਂਕਿ ਉਹਨਾਂ ਦੀ PPE ਕਿੱਟ ਫੇਸ 'ਤੇ ਪੂਰੀ ਤਰ੍ਹਾਂ ਨਹੀਂ ਆ ਰਹੀ ਸੀ। ਸਿਮਰਨਜੀਤ ਸਿੰਘ ਨੇ ਟਵਿੱਟਰ 'ਤੇ ਇਸ ਦਾ ਜ਼ਿਕਰ ਛੇੜ ਇਸ ਸਮੱਸਿਆ 'ਤੇ ਚਾਨਣਾ ਪਾਇਆ ਹੈ। ਇਸ ਵੇਲੇ ਪੂਰੇ ਵਿਸ਼ਵ ਵਿੱਚ ਸਿੱਖ ਡਾਕਟਰ ਇਸ ਸਮੱਸਿਆ ਨਾਲ 2-4 ਹੋ ਰਹੇ ਹਨ। ਅਜਿਹੇ ਮਾਮਲੇ UK ਤੋਂ ਵੀ ਸਾਹਮਣੇ ਆਏ ਸਨ ਅਤੇ ਕੈਨੇਡਾ ਤੋਂ ਵੀ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਤੇ ਹੁਣ ਆਸਟ੍ਰੇਲੀਆ ਵਿੱਚ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ, ਤਾਂ ਉੱਥੋਂ ਦੇ ਡਾਕਟਰਾਂ ਵੱਲੋਂ ਵੀ ਇਸ ਸਮੱਸਿਆ ਸੰਬੰਧੀ ਧਿਆਨ ਦਿਵਾਇਆ ਗਿਆ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।